ਸਿੱਖ ਇਤਿਹਾਸ ਦੀ ਮਹਾਨ ਗਾਥਾ। ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸਿੱਖ ਇਤਿਹਾਸ ਦੀ ਮਹਾਨ ਗਾਥਾ ਵਿੱਚ ਆਪ ਜੀ ਦਾ ਸਵਾਗਤ ਹੈ। ਅੱਜ ਦੀ ਸਿੱਖ ਗਾਥਾ ਉਹਨਾਂ 21 ਸਿੱਖ ਸੂਰਬੀਰਾਂ ਨਾਲ ਸੰਬੰਧਿਤ ਹੈ ਜਿਹੜੇ 10,000 ਕਬਾਇਲੀਆਂ ਨਾਲ ਮਰਦੇ ਦਮ ਤੱਕ ਲੜੇ ਸਨ ਅਤੇ 22 ਦਸੰਬਰ 1705 ਵਾਲਾ ਚਮਕੌਰ ਦੀ ਗੜੀ ਦਾ ਇਤਿਹਾਸ ਦੁਬਾਰਾ ਸਿਰਜ ਦਿੱਤਾ ਸੀ। ਇਹ 21 ਸਿੱਖ 36 ਸਿੱਖ ਪਲਟਨ ਨਾਲ ਸੰਬੰਧ ਰੱਖਦੇ ਸਨ। ਇਹ ਪਲਟਨ 2 ਜਨਵਰੀ 1897 ਨੂੰ ਵਜ਼ੀਰਸਤਾਨ ਵਿੱਚ ਜ਼ਿਲ੍ਹਾ ਕੁਹਾੜ ਦੇ ਕਿਲ੍ਹਾ ਲੱਕਹਾਟ ਵਿੱਚ ਤੈਨਾਤ ਕੀਤੀ ਗਈ ਸੀ। ਸਾਰਾ ਗੜੀ ਇੱਕ ਮਹੱਤਵਪੂਰਨ ਚੌਂਕੀ ਸੀ। ਇਹ ਚੌਂਕੀ ਕਿਲ੍ਹੇ ਤੋਂ 1.5 ਕਿਲੋਮੀਟਰ ਦੀ ਵਿੱਥ 'ਤੇ ਸੀ। ਇਸ ਪਲਟਨ ਦਾ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਹਾਟਨ ਸੀ। ਹਵਾਲਦਾਰ ਈਸ਼ਰ ਸਿੰਘ ਜੀ ਚੌਂਕੀ ਦੇ ਇੰਚਾਰਜ ਸਨ। ਨਾਇਕ ਲਾਲ ਸਿੰਘ ਸਿਗਨਲ ਪਲਾਟੂਨ ਦਾ ਕਮਾਂਡਰ ਅਤੇ ਲੈਸ ਨਾਇਕ ਚੰਦਾ ਸਿੰਘ ਸਨ। ਅੱਜ ਦੇ ਦਿਨ 14 ਸਤੰਬਰ 1897 ਈਸਵੀ ਨੂੰ ਸਵੇਰੇ 10,000 ਕਬੈਲੀ ਪਠਾਣਾ ਨੇ ਇਸ ਚੌਂਕੀ ਨੂੰ ਘੇਰ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਚੌਂਕੀ ਵਿੱਚ ਕੇਵਲ 21 ਸਿੱਖ ਫੌਜੀ ਸਨ। ਬਾਹਰੋਂ ਕਿਸੇ ਵੀ ਕਿਸਮ ਦੀ ਸਹਾਇਤਾ ਮਿਲਣੀ ਸੰਭਵ ਨਹੀਂ ਸੀ। ਇਹਨਾਂ ਬਹਾਦਰਾਂ ਨੇ ਫੈਸਲਾ ਕਰ ਲਿਆ ਕਿ ਉਹ ਕਿਸੇ ਵੀ ਹਾਲਤ ਵਿੱਚ ਹਥਿਆਰ ਨਹੀਂ ਸੁੱਟਣਗੇ। ਇਹਨਾਂ ਸਿੰਘਾਂ ਨੇ ਦੁਪਹਿਰ ਤੱਕ 200 ਕਬੈਲੀ ਮੌਤ ਦੇ ਘਾਟ ਉਤਾਰ ਦਿੱਤੇ। ਨਾਇਕ ਲਾਲ ਸਿੰਘ, ਭਗਵਾਨ ਸਿੰਘ ਅਤੇ ਸਿਪਾਹੀ ਜੀਵਨ ਸਿੰਘ ਕਿਲ੍ਹੇ ਤੋਂ ਬਾਹਰ ਆ ਕੇ ਦੁਸ਼ਮਣ ਉੱਤੇ ਗੋਲੀਆਂ ਦਾ ਮੀਂਹ ਵਰਾਉਣ ਲੱਗ ਪਏ ਅਤੇ ਮਰਦਾਂ ਵਾਂਗ ਸ਼ਹੀਦ ਹੋ ਗਏ। ਲਾਲ ਸਿੰਘ ਜ਼ਖਮੀ ਹਾਲਤ ਵਿੱਚ ਲੇਟ ਕੇ ਫਾਇਰਿੰਗ ਕਰਦਾ ਰਿਹਾ। ਗੁਰਮੁਖ ਸਿੰਘ ਨੇ ਆਪਣੇ ਕਮਾਂਡਰ ਨੂੰ ਸਾਰੀ ਹਾਲਤ ਤੋਂ ਜਾਣੂ ਰੱਖਿਆ ਹੋਇਆ ਸੀ। ਬਾਅਦ ਦੁਪਹਿਰ 2 ਵਜੇ ਤੱਕ ਗੋਲੀ ਸਿੱਕਾ ਮੁੱਕ ਗਿਆ। ਹੋਰ ਕੁਮਕ ਪਹੁੰਚਣ ਦੀ ਕੋਈ ਸੰਭਾਵਨਾ ਨਹੀਂ ਸੀ। ਚੌਂਕ ਸਾਹਮਣੇ ਢਲਾਨ 'ਤੇ ਪਠਾਣਾਂ ਦੀਆਂ ਲਾਸ਼ਾਂ ਪਈਆਂ ਸਨ। ਦੁਸ਼ਮਣ ਨੇ ਮੁੱਖ ਦਰਵਾਜ਼ੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕਿਲ੍ਹੇ 'ਚ ਰਹਿ ਗਏ 8 ਸੂਰਬੀਰ ਸੰਗੀਨਾਂ ਨਾਲ ਲੜ ਰਹੇ ਸਨ। ਅਖੀਰ ਵਿੱਚ ਕੇਵਲ ਇੱਕ ਸਿਪਾਹੀ ਗੁਰਮੁਖ ਸਿੰਘ ਹੀ ਰਹਿ ਗਿਆ ਸੀ। ਉਸਨੇ ਸ਼ੀਸ਼ਾ ਝੰਡੀ ਦੁਆਰਾ ਸਾਰੇ ਹਾਲਾਤ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ ਹੋਈ ਸੀ। ਉਸਦੇ ਆਲੇ ਦੁਆਲੇ ਸਾਥੀਆਂ ਦੀਆਂ ਲਾਸ਼ਾਂ ਬਿਖਰੀਆਂ ਪਈਆਂ ਸਨ। ਇਸ ਹਾਲਾਤ ਵਿੱਚ ਵੀ ਉਸਨੇ ਹਿੰਮਤ ਨਾ ਹਾਰੀ, ਜਦੋਂ ਤੱਕ ਸਾਹ ਵਗਦਾ ਰਿਹਾ ਮੁਕਾਬਲਾ ਕਰਦਾ ਰਿਹਾ। ਅੰਤ ਵਿੱਚ ਉੱਚੀ ਜੈਕਾਰਾ ਗਜਾ ਕੇ ਸ਼ਹੀਦ ਹੋ ਗਿਆ। ਜਦੋਂ ਇਸ ਸਾਕੇ ਦੀ ਖਬਰ ਇੰਗਲੈਂਡ ਪਹੁੰਚੀ ਤਾਂ ਪਾਰਲੀਮੈਂਟ ਨੇ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਤੇ ਇਹ ਸ਼ਬਦ ਕਹੇ ਕਿ ਇੰਗਲੈਂਡ ਅਤੇ ਭਾਰਤ ਦੀ ਜਨਤਾ ਨੂੰ 36 ਸਿੱਖ ਪਲਟਨ 'ਤੇ ਮਾਣ ਹੈ। ਜਿਸ ਦੇਸ਼ ਦੀ ਫੌਜ ਵਿੱਚ ਸਿੱਖਾਂ ਵਰਗੀ ਬਹਾਦਰ ਕੌਮ ਹੋਵੇ, ਉਹ ਫੌਜ ਕਦੇ ਵੀ ਹਾਰ ਦਾ ਮੂੰਹ ਨਹੀਂ ਦੇਖ ਸਕਦੀ। ਇਹ ਕੁਰਬਾਨੀ ਦੁਨੀਆ ਦੀ ਆਰਮੀ ਵਿੱਚ ਪਹਿਲੇ ਨੰਬਰ 'ਤੇ ਸਮਝੀ ਜਾਂਦੀ ਹੈ। ਵਜ਼ੀਰਸਤਾਨ ਵਿੱਚ ਜਿੱਥੇ ਇਹ ਬਹਾਦਰ ਸਿੱਖ ਲੜੇ ਸਨ, ਇਹਨਾਂ ਦੀ ਯਾਦਗਾਰ ਬਣੀ ਹੋਈ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਫਿਰੋਜ਼ਪੁਰ ਵਿੱਚ ਵੀ ਇਹਨਾਂ ਸ਼ਹੀਦਾਂ ਦੀ ਯਾਦਗਾਰ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਹਨ। ਸਾਰਾ ਗੜੀ ਦੀ ਲੜਾਈ ਸੰਸਾਰ ਦੀਆਂ ਪ੍ਰਮੁੱਖ ਬਹਾਦਰੀ ਭਰਪੂਰ ਕਹਾਣੀਆਂ ਵਿੱਚੋਂ ਚੁਣੀ ਗਈ ਹੈ। ਯੂਨੈਸਕੋ ਨੇ ਇਤਿਹਾਸ ਦੀਆਂ 10 ਸਭ ਤੋਂ ਵੱਧ ਬਹਾਦਰੀ ਭਰਪੂਰ ਲੜਾਈਆਂ ਚੁਣੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਸਾਰਾ ਗੜੀ ਦੀ ਲੜਾਈ ਵੀ ਹੈ। ਮੈਨੂੰ ਇਸ ਗੱਲ ਦਾ ਤਾਂ ਪਤਾ ਨਹੀਂ, ਪਰ ਦੁੱਖ ਜ਼ਰੂਰ ਹੈ ਕਿ ਪਤਾ ਨਹੀਂ ਕਿਉਂ ਇਸ ਲੜਾਈ ਦੀ ਕਹਾਣੀ ਫਰਾਂਸ ਦੇ ਸਕੂਲਾਂ ਵਿੱਚ ਤਾਂ ਪੜ੍ਹਾਈ ਜਾ ਰਹੀ ਹੈ, ਪਰ ਸਾਡੇ ਭਾਰਤੀ ਸਕੂਲ ਇਸ ਲੜਾਈ ਨੂੰ ਆਪਣੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕਿਉਂ ਕਰਨਾ ਭੁੱਲ ਗਏ ਹਨ? ਸ਼ਾਇਦ ਇਸ ਦਾ ਕਾਰਨ ਇਹ ਹੈ ਕਿ
ਕਮਜ਼ੋਰ ਮਾਨਸਿਕਤਾ ਬਹਾਦਰੀ ਭਰੇ ਕਾਰਨਾਮਿਆਂ ਨੂੰ ਪੱਖਪਾਤ ਦੇ ਤੰਗ ਨਜ਼ਰੀਏ ਨਾਲ ਵੇਖਦੀ ਹੈ। ਅੱਜ ਸਿਰਫ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।